ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ ਤੁਹਾਡੀ ਪਸੰਦੀ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਇਲਾਕੇ ਚ ਤੁਹਾਡੇ ਸ਼ਹਿਰ ਪਿੰਡ ਚ ਸਾਰੀ ਵੀਡੀਓ ਦੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਈ ਮਸ਼ੀਨਰੀ ਹੈ ਕੂਠੀ ਹੈ ਘਰ ਮਕਾਨ ਹੈ ਕੋਈ ਮੋਟਰਸਾਈਕਲ ਹੈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਸਕਰੀਨ ਤੇ ਚੱਲਦਾ ਰਹਿੰਦਾ ਹੈ 78140 38764 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਸ਼ੁਰੂ ਪਹਿਲੀ ਗੱਡੀ ਰੇਟਰਜ਼ VDI ਪਹੁੰਚੀ ਆਪਣੇ ਕੋਲ ਹੀ ਡੀਜ਼ਲ ਵਰਜਨ ਹੈ 2012 ਮਾਡਲ ਗੱਡੀ ਹੈ ਜੀ ਇਹ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਬੀਮਾ ਹੈਗਾ ਤੇ ਪ੍ਰਦੂਸ਼ਣ ਵੀ ਹੈਗਾ ਜਿੱਥੇ ਗੱਡੀ ਖੜੀ ਹੈ ਇਹਨਾਂ ਦਾ ਏਰੀਆ ਜੀ ਸਰਦੂਲਗੜ੍ਹ ਮਾਲਕ ਨੇ ਡਿਮਾਂਡ 2 ਲੱਖ 10000 ਰੁਪਇਆ ਕਿਹਾ ਹੈ ਬਾਕੀ ਕਹਿੰਦੇ ਸੀਗੇ ਮੌਕੇ ਤੇ ਮਾਨਤਾ ਨ ਕਰ ਦਾਂਗੇ ਟਾਇਰਾਂ ਦੇ ਜੇ ਆਪਾਂ ਗੱਲ ਕਰੀਏ ਤਾਂ ਦੋ ਟਾਇਰ ਤਾਂ ਮੂਰਲੇ ਹੁਣੇ ਪੁਆਏ ਇਹਨਾਂ ਨੇ ਹਫਤਾ ਤੱਕ ਹੋਇਆਗਾ ਤੇ ਦੋ ਟਾਇਰਾਂ ਦੀ ਕੰਡੀਸ਼ਨ ਹੈ 45 ਤੋਂ 50 ਪੈਸੀ ਅੰਦਰ ਮੈਟਿੰਗ ਵਧੀਆ ਹੋਈ ਹੈ ਨਵੀਂ ਮੈਟ ਵਧੀਆ ਰੱਖੀ ਹੋਈ ਨਹੀਂ ਸੀਟ ਕਵਰ ਨਵੇਂ ਨੇ ਤੇ ਮਿਊਜ਼ਿਕ ਸਿਸਟਮ ਵਧੀਆ ਸਾਰਾ ਕੁਝ ਹੀ ਵਧੀਆ ਟੋਟਲੀ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਸਰਵਿਸ ਵੀ ਥੋੜੇ ਟਾਈਮ ਪਹਿਲਾਂ ਇਹਨਾਂ ਨੇ ਕਰਵਾਈ ਹੈ ਸਾਰਾ ਕੁਝ ਇਹਨਾਂ ਨੇ ਦੱਸਿਆ 12 ਮਾਡਲ ਗੱਡੀ ਹੈ ਜੀ ਹਾਂ ਤੇ ਐਚਰ ਨੰਬਰ ਹੈ ਤੇ ਜਿਨ੍ਹਾਂ ਦੀ ਗੱਡੀ ਆ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ 62 804 028 47 ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਸੈਕੰਡ ਗੱਡੀ ਦੀ ਗੱਲ ਕਰਦੇ ਹਾਂ ਆਲਟੋ K10 ਜਿਨ੍ਹਾਂ ਦੀ ਗੱਡੀ ਆ ਉਹ ਆਰਮੀ ਪਰਸਨ ਨੇ ਜੀ 11 ਮਾਡਲ ਗੱਡੀ ਆ 2 ਲੱਖ 20000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਮਾਲਕ ਨੇ ਭੇਜੀ ਹੈ 2B ਸੰਗਰੂਰ ਗੱਡੀ ਖੜੀ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਨਵੇਂ ਟਾਰਨੇ ਕੋਈ ਕਿਸੇ ਪਾਸੋਂ ਨਾ ਤਾਂ ਗੱਡੀ ਐਕਸੀਡੈਂਟ ਹੋਈ ਐ ਨਾ ਕੋਈ ਡੈਮੇਜ ਹੋਈ ਐ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ 11 ਮਾਡਲ ਐ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਕੰਡੀਸ਼ਨ ਵਧੀਆ ਪਈ ਐ ਤੇ ਜਿੰਨਾ ਦੀ ਗੱਡੀ ਐ ਉਹਨਾਂ ਦਾ ਨੰਬਰਾਂ 94781 12249 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਤੀਸਰੀ ਗੱਡੀ ਦੀ ਆਪਣੇ ਕੋਲੇ ਈਓਨ ਗੱਡੀ ਮਾਲਕ ਨੇ ਭੇਜੀ ਆ ਗੱਡੀ ਦਾ ਮਾਡਲ 2015 ਤੇ ਗੱਡੀ ਚੱਲੀ ਹੋਈ ਆ ਕੁੱਲ 30 ਕੁ ਹਜ਼ਾਰ ਕਿਲੋਮੀਟਰਾਂ 2 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਪੱਟੀ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਮਿਲ ਜਾਣਗੇ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਹੀ ਦੂਤੀ ਡਮਾਂਡਾ ਜੀ ਪੱਟੀ ਮਾਲਕ ਦਾ ਏਰੀਆ ਦਾ ਟਾਇਰ ਵਧੀਆ ਨੇ ਗੱਡੀ ਵਧੀਆ ਬਾਕੀ ਤੁਹਾਡੇ ਸਾਹਮਣੇ ਆ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਸਾਰੇ ਜਣੇ 82 888 7296 ਆਹ ਮਾਲਕ ਦਾ ਨੰਬਰ ਆ ਫੋਨ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਲਗਾ ਲਓ ਜੀ ਹੁਣ ਤੁਸੀਂ ਦੇਖੋ ਆਲਟੋ ਗੱਡੀ ਮਾਲਕ ਨੇ ਭੇਜੀ ਆਪਣੇ ਕੋਲ ਹੀ 2007 ਮਾਡਲ ਗੱਡੀ ਐ ਤੇ ਡਿਮਾਂਡ ਹੈ 1 ਲੱਖ 20000 ਰੁਪਿਆਉ ਤੇ ਟਾਇਰ ਪੈਨੇ 75 ਤੋਂ 80 ਪੈਸੇ ਕਾਲੇ ਰੰਗ ਦੀ ਗੱਡੀ ਐ ਤੇ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਇੱਕ ਵੀ ਡਿਮਾਂਡ ਹੈ ਲੈਸ ਹੋ ਜਾਊਗਾ ਬਾਕੀ ਤੁਸੀਂ ਦੇਖਣੀ ਹੋਵੇ ਗੱਡੀ ਚਲਾ ਕੇ ਦੇਖਣੀ ਹੋਵੇ ਖੇਰ ਦਿਨ ਕੇ ਅਨਾਂ ਦਾ ਏਰੀਆ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਜੀ ਗੱਡੀ 'ਚ ਕੋਈ ਨੁਕਸ ਨਹੀਂ ਵਧੀਆ ਗੱਡੀ ਐ ਬਾਕੀ ਕਿਵੇਂ ਕੁਛ ਐਕਸੀਡੈਂਟ ਤਾਂ ਨਹੀਂ ਹੋਈ ਕਿਵੇਂ ਕੁਛ ਰੰਗ ਤਾਂ ਨਹੀਂ ਹੋਈ ਉਹ ਤੁਸੀਂ ਆਪੇ ਕਨਫਰਮ ਕਰ ਲਿਓ ਮਾਲਕ ਨਾਲ ਗੱਲ ਕਰਕੇ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਕੀ ਕਾਗਜ਼ ਪੱਤਰ ਹੈਗੇ ਆ ਜੀ ਤੇ ਅੰਦਰੋਂ ਵੀ ਵਧੀਆ ਪਈਆ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਗੱਡੀ ਵਧੀਆ ਤੇ ਜਿਹਨਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆ 97 800 1433013 ਇਸੇ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ। ਬਾਕੀ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਚਲੋ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਤਾਂ ਆਪਣੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੂਗਾ। ਤੇ ਆਪਣੀ ਆਉਣ ਵਾਲੀ ਹਰ ਵੀਡੀਓ ਤੁਸੀਂ ਦੇਖ ਸਕੋਗੇ। ਬਾਕੀ ਆਪਾਂ ਹਰ ਰੋਜ਼ ਨਮੀਆਂ ਮਸ਼ੀਨਰੀਆਂ ਹਰ ਏਰੀਆ ਚੋਂ ਲੈ ਕੇ ਪਹੁੰਚਦੇ ਰਹੇ ਨੇ ਅਜੀ ਬਹੁਤ ਸਾਰੀ ਗੱਡੀਆਂ ਆਪਾਂ ਹਰ ਰੋਜ਼ ਲੈ ਕੇ ਆਉਂਦੇ ਆ। ਚੈਨਲ ਨੂੰ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਜਰੂਰ ਦਬਾ ਦਿਆ ਕਰੋ ਜੀ। ਤੇ ਨਾਲ ਦੀ ਨਾਲ ਵੀਡੀਓ ਨੂੰ ਸਾਰੇ ਜਣੇ ਲਾਈਕ ਵੀ ਕਰ ਦਿਆ ਕਰੋ। ਤੇ ਜਿੰਨੇ ਤੁਸੀਂ ਆਇਓ ਜੀ ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਜਿੰਨੇ ਤੁਸੀਂ ਦੇਖ ਰਹੂ ਕੋਈ ਮਸ਼ੀਨਰੀ ਹੈ ਚਾਹੀ ਮੋਟਰਸਾਈਕਲ ਹੈ ਬੁਲਟ ਹੈ ਕੋਈ ਵੀ ਗੱਡੀ ਹੈ ਕੂਠੀਆ ਕਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਬਾਰ-ਬਾਰ 8714038764 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਇੱਕ ਬੇਨਤੀ ਹੈ ਜੀ ਜਦੋਂ ਤੁਸੀਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਜਿਹੜਾ ਉਹਦਾ ਰੇਟ ਆ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਾ ਕਰੋ ਜੀ ਤੇ ਕੋਈ ਵੀ ਮਸ਼ੀਨਰੀ ਭੇਜ ਦਿਓ ਇੱਕ ਵੀਡੀਓ ਲਾਜ਼ਮੀ ਭੇਜਿਆ ਕਰੋ ਹੁਣ ਆਪਾਂ ਗੱਲ ਕਰਦਾ ਸੈਂਟਰੋ ਦੀ ਆਪਣੇ ਕੋਲੇ ਮਾਲਕ ਨੇ ਸੈਂਟਰੋ ਗੱਡੀ ਭੇਜੀ ਹੈ ਵੇਚਣ ਵਾਸਤੇ 2007 ਮਾਡਲ ਗੱਡੀ ਹੈ 2028 ਤੱਕ ਇਹਦੀ ਪਾਸਿੰਗ ਪਈ ਹੈਗੀ ਮਤਲਬ ਕਿ ਰੀਨਿਊ ਕਰਵਾਈ ਹੋਈ ਹੈ 95000 ਰੁਪਿਆ ਡਿਮਾਂਡ ਗੁਰਦਾਸਪੁਰ ਇਹਨਾਂ ਦਾ ਏਰੀਆ ਟਾਇਰ ਵਧੀਆ ਨੇ 80 ਤੋਂ 85 ਪੈਸੀ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਵਧੀਆ ਗੱਡੀ ਹੈ ਘਰ ਦੀ ਗੱਡੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆ 98142 68131 ਇਸ ਨੰਬਰ 'ਤੇ ਗੱਲ ਤੁਸੀਂ ਕਰ ਲਿਓ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲ ਇੱਕ ਐਂਡਿਕਾ TDi ਗੱਡੀ ਪਹੁੰਚੀ ਹੈ ਗੱਡੀ ਦਾ ਮਾਡਲ ਹੈ 2010 ਐਚ ਚਾਰ ਨੰਬਰ ਹੈ 10 ਮਾਡਲ ਹੈ 78000 ਰੁਪਿਆ ਡਿਮਾਂਡ ਹੈ ਗੱਡੀ ਦੀ ਤੇ ਭਾਤਾ ਪਾਈਕਾ ਆ ਪੱਕਾ ਪਾਈ ਕਰਨੀ ਬਾਗਾ ਪ੍ਰਾਣਾ ਜੀ ਸੌਰੀ ਮਿਸਟੇਕ ਹੋ ਗਈ ਸੀ ਬਾਗਾ ਪ੍ਰਾਣਾ ਮਾਲਕ ਦਾ ਏਰੀਆ ਹੈ ਤੇ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਏਰੀਆ ਜੀ ਇਹਨਾਂ ਦਾ ਜਿੱਥੇ ਗੱਡੀ ਖੜੀ ਹੈ ਬਾਗਾ ਪ੍ਰਾਣਾ 10 ਮਾਡਲ ਹੈ 78000 ਡਿਮਾਂਡ ਹੈ ਅੰਦਰੋਂ ਵੀ ਗੱਡੀ ਵਧੀਆ ਪਈ ਹੈ ਕੋਈ ਨੁਕਸ ਨਹੀਂ ਨਾ ਕੋਈ ਚਲਾਉਣ ਦੇ ਵਿੱਚ ਨਾ ਕੋਈ ਵੈਸੇ ਹੀ ਨਾ ਕੋਈ ਵੈਸੇ ਕਾਗਜ਼ ਪੱਤਰ ਮਿਲ ਜਾਣਗੇ ਬਾਗਾ ਪ੍ਰਾਣਾ ਏਰੀਆ 78000 ਡਿਮਾਂਡ ਐ ਆਰ ਨੰਬਰ ਜਨਰਲ ਦੀ ਗੱਡੀ ਆ ਉਹਨਾਂ ਦਾ ਨੰਬਰ ਆ 98500 5890455 ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕਨਫਰਮ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਗੱਲ ਕਰਦਾ ਜਨ ਗੱਡੀ ਦੀ 2000 ਪੁਰਾ ਮਾਡਲ ਹੈ 43000 ਰੁਪਿਆ ਕੀਮਤ ਹੈ ਜੀ ਫਰੀਦਕੋਟ ਏਰੀਆ ਚ ਗੱਡੀ ਖੜੀ ਹੈ ਤੇ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਹੈ ਘਰ ਦੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਜਨ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਸੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਹੈ ਤੁਸੀਂ ਸਾਰੇ ਜਣੇ ਨੋਟ ਕਰ ਲਓ। ਬਾਕੀ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ। ਸਾਰਾ ਕੁਝ ਤੁਸੀਂ ਦੇਖ ਲਿਆ। ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੇਰੇ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਕਿਸੇ ਕੋਲ ਕੋਈ ਵੀ ਮਸ਼ੀਨਰੀ, ਕੋਠੀਆਂ, ਮਕਾਨ ਘਰ ਆਪਣੇ ਕੋਲੇ ਭੇਜੋ। ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ। ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਆ? ਕਮੈਂਟ ਪਾਉਂਜੇ।